ਵੰਡਾ ਮੈਂ ਨੀਅਜ਼ਾ ਨਾਲੇ ਕਰਾਂ ਫਰਿਆਦਾ ਨਿਤ ਵੰਡਾ ਮੈਂ ਨੀਅਜ਼ਾ ਨਾਲੇ ਕਰਾਂ ਫਰਿਆਦਾ ਪੱਲਾ ਏ ਕਿ ਖੁਦਾ ਤੋਂ ਮੰਗਾ ਖੜੇ ਤੇਰੇ ਦਮ ਦੀ ਤੇਰੇ ਬਿਨਾ ਰਾਜਣਾ ਵੇਹੀ ਜਿੱਤ ਕਿਹੜੇ ਕੰਦੀ ਤੇਰੇ বিনা ਰਾਜਣਾ ਵੇ ਮੈਂ ਨਾ ਕਿਸੇ ਕੰਦੀ ਸੁਪਨਾ ਨੇ ਮੇਰਾ ਹੀ ਆ ਮੈਂ ਆਪਣੇ ਪਾਪਾ ਦਾ ਨਾਮ ਰੋਸ਼ਨ ਕਰਾਂ ਮੱਲੇ ਦਾ ਨਾਮ ਰੋਸ਼ਨ ਕਰਾਂ ਆਪਣੇ ਟੀਚਰ ਸਾਹਿਬ ਜਿਹੜੇ ਮੇਰੇ ਇੰਨੇ ਮੇਰੇ ਪਿੱਛੇ ਲੱਗ ਰਹੇ ਕਰਦੇ ਮੇਰੇ ਤੋਂ ਪਿੱਛੇ ਮੇਰੀ ਇੰਨੀ ਕਰ ਰਹੇ ਬਸ ਐ ਹੀ ਚੋਣੀਆਂ ਕਿ ਉਹਨਾਂ ਦੀ ਦੁਆਵਾਂ ਮੇਰੇ ਤੇ ਹੋ ਜਾਣ ਚੂਲੋ ਰੱਬ ਨੇ ਨਾਰਾਜ਼ੀਏ ਤਾਂ ਚਲੋ ਉਹ ਜ਼ਰੂਰ ਰੱਖਣੀ ਉਹ ਵੀ ਜਿੰਦਗੀ ਚ ਹਾਰੇ ਆ ਜਿਹੜਾ ਜੀਨਦੇ ਆ ਮੈਂ ਵੀ ਇਹ ਰੱਬ ਨੇ ਮੈਨੂੰ ਗੁਣ ਤੇ ਦਿੱਤਾ ਹੀ ਜੇ ਮੈਨੂੰ ਰੱਬ ਨੇ ਜੋਤ ਨਹੀਂ ਅੱਖਾਂ ਦਿੱਤੀ ਆ ਨਾ ਤੇ ਰੱਬ ਨੇ ਗੁਣ ਤੇ ਵਧੀਆ ਇਹ ਦੇ ਦਿੱਤਾ ਨਾ ਕਿ ਦੁਨੀਆ ਦਾ ਨਾਮ ਮੈਂ ਰੋਸ਼ਨ ਕਰ ਸਕਾਂ ਸਤਿ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਜੀਤਪਵ TV ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਹਰੇਕ ਇਨਸਾਨ ਦੀ ਪਛਾਣ ਉਸਦੇ ਗੁਣਾਂ ਦੇ ਕਰਕੇ ਹੁੰਦੀ ਹੈ ਗੁਣ ਕਦੇ ਵੀ ਛੋਟਾ ਜਾਂ ਵੱਡਾ ਕਰ ਦੇਖ ਕੇ ਨਹੀਂ ਆਉਂਦੇ ਬਲਕਿ ਹਰੇਕ ਇਨਸਾਨ ਵੱਲੋਂ ਕੀਤੀ ਜਾਂਦੀ ਮਿਹਨਤ ਉਸ ਦਾ ਰੰਗ ਲੈ ਕੇ ਆਉਂਦੀ ਹੈ ਅੱਜ ਅਸੀਂ ਇੱਕ ਅਜਿਹੀ ਬੱਚੀ DNA ਗੱਲਬਾਤ ਕਰਾਂਗੇ ਜਿਸ ਦੀਆਂ ਅੱਖਾਂ ਸੁਜਾਕੀਆਂ ਹੋਣ ਦੇ ਬਾਵਜੂਦ ਵੀ ਉਸ ਦੇ ਵਿੱਚ ਅਜਿਹੇ ਗੁਣ ਨੇ ਕਿ ਅੱਜ ਹਰੇਕ ਇਨਸਾਨ ਉਸ ਦੇ ਘਰ ਦੇ ਵਿੱਚ ਆਉਣਾ ਲੋਚਦਾ ਹੈ ਨੂਰੀ ਮਹੱਲਾ ਅਮਰੇ ਸਰਦ ਦੇ ਵਿੱਚ ਹੈ ਜਿੱਥੇ ਸ਼ਹਨਾਜ਼ ਜਿਹੜੀ ਆ ਰਹਿੰਦੀ ਹੈ ਸ਼ਹਨਾਜ਼ ਇੱਕ ਜਹੀ ਬੱਚੀ ਹੈ ਜਿਹੜੀ ਸਪੈਸ਼ਲ ਵਿਸ਼ੇਸ਼ ਜਿਹੜਾ ਬੱਚੇ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ ਤੇ ਪਹਿਲ ਸਰਕਾਰੀ ਸਕੂਲ ਦੇ ਵਿੱਚ ਉਹ ਵਿੱਦਿਆ ਹਾਸਲ ਕਰ ਰਹੀ ਹੈ ਆਪਣੇ ਗੁਣ ਕਰਕੇ ਆਪਣੀ ਕਾਇਕੀ ਤੇ ਕਰਕੇ ਅੱਜ ਜੋ ਉਸਤਾਦਾਂ ਦੀਆਂ ਅੱਖੀਆਂ ਦਾ ਜਿਹੜਾ ਉਤਾਰਾ ਬਣੀ ਹੋਈ ਹੈ ਕਿਸ ਤਰੀਕੇ ਦੀ ਉਸ ਨੇ ਜਿਹੜੀ ਆ ਤਾਲੀਮ ਹਾਸਲ ਕੀਤੀ ਹੈ ਕੀ ਕੁਝ ਜਿਹੜਾ ਉਸ ਦੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੈ ਤਾਂ ਕੀ ਉਮੀਦਾਂ ਜਿਹੜੀਆਂ ਨੇ ਉਸ ਨੂੰ ਜ਼ਿੰਦਗੀ ਦੇ ਵਿੱਚ ਅਜੇ ਲਗਾਈਆਂ ਹੋਈਆਂ ਨੇ ਸਾਡੇ ਨਾਲ ਸ਼ਹਨਾਜ਼ ਸ਼ਹਨਾਜ਼ ਬਹੁਤ ਬਹੁਤ ਸਵਾਗਤ ਹੈਰਾ ਸਤਿ ਸ਼੍ਰੀ ਅਕਾਲ ਜੀ ਸ਼ਨਾਜ ਤੁਹਾਡਾ ਜਿਹੜੀ ਗਾਇਕੀ ਹੈ ਉਸ ਦੇ ਕਰਕੇ ਜਿਹੜੇ ਉਸਤਾਦ ਨੇ ਉਹ ਵੀ ਅੱਜ ਤੇ ਨੂੰ ਯਾਦ ਕਰ ਰਹੇ ਨੇ ਆਪਣੇ ਘਰ ਦੇ ਵਿੱਚ ਬੁਲਾ ਰਹੇ ਨੇ ਤੇਰੀ ਕਦਰ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜਿਆ ਸ਼ੌਂਕ ਕਿਸ ਤਰ੍ਹਾਂ ਪਿਆ ਤੁਹਾਨੂੰ ਮੈਨੂੰ ਬਚਪਨ ਤੋਂ ਸ਼ੌਂਕ ਦੀ ਪੜਾ ਗੋ ਆ ਕਿਹੜੇ ਕਿਹੜੇ ਗਾਣੇ ਜਿਹੜੇ ਨੇ ਹੁਣ ਤੱਕ ਤੁਹਾਨੂੰ ਪਸੰਦ ਨੇ ਕਿਸ ਤਰੀਕੇ ਦੀ ਗਾਇਕੀ ਪਸੰਦ ਹੈ ਲਕਿੰਦਰ ਭਾਜੀ ਦੇ ਫਰੋਜ਼ ਖਾਨ ਜੀ ਦੇ ਸਾਰੇ ਮੈਨੂੰ ਤੁਹਾਡੇ ਸਾਰੇ ਸਿੰਗਰ ਦੇ ਗਾਣੇ ਬੜੇ ਪਸੰਦ ਲੱਗਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਚਾਰ ਮੇਰੀਆਂ ਭੈਣਾਂ ਆ ਇੱਕ ਮੇਰਾ ਭਰਾ છોੜਾਈ ਆ ਅ ਘਰ ਦੇ ਵਿੱਚ ਮਾਹੌਲ ਜਿਹੜਾ ਹੈ ਬੜੀ ਗਰੀਬੀ ਵਾਲਾ ਹੈ ਪਰਿਵਾਰ ਦੇ ਵਿੱਚ ਹਾਲਾਤ ਉਸ ਤਰੀਕੇ ਦੇ ਨੇ ਪਰ ਇਸ ਦੇ ਬਾਵਜੂਦ ਵੀ ਤੁਹਾਡੇ ਵੱਲੋਂ ਗਾਇਕੀ ਦੇ ਲਈ ਜਿਹੜੀ ਮਿਹਨਤ ਲਗਾਤਾਰ ਕੀਤੀ ਜਾ ਰਹੀ ਹੈ ਕਿਵੇਂ ਦਾ ਤੁਹਾਨੂੰ ਜਿਹੜਾ ਕਰੋ ਜਿਹੜਾ ਹੁੰਗਾਰਾ ਮਿਲਦਾ ਹੈ ਇਹ ਜੋ ਵੀ ਮੇਰੇ ਸਕੂਲ ਦੇ ਟੀਚਰ ਕਰ ਰਹੇ ਆ ਕੋਈ ਵੀ ਮੇਰੇ ਹਰ ਸਿਮਰਨ ਸਾਰੇ ਮੇਰੇ ਟੀਚਰ ਸਾਰੇ ਮੇਰੇ ਉਹਨੇ ਮਗੋਂ ਤੇ ਸ਼ੁਰੂ ਹੋ ਗਈ ਨਾ ਜੋ ਨਮਗਾਉਣਾ ਚਾਲੂ ਕਰ ਦਿੱਤਾ ਆ ਕਿਉਂਕਿ ਇਹ ਸ਼ਹਿਨਾਏ ਦਸਣਾ ਗਾਂਦੀ ਏਡਾ ਪਿਆਰਾ ਗਾਂਦੀ ਏ ਤੇ ਇਸ ਲਈ ਉਹਨਾਂ ਨੇ ਮੇਰਾ ਹੁਣ ਉਹ ਕਰ ਰਿਹਾ ਮੇਰੇ ਪਿੱਛੇ ਬੜੀ ਮਿਹਨਤ ਕਰ ਰਿਹਾ ਹੈ ਅ ਅਗਲੀ ਗੱਲ ਕਰਨ ਤੋਂ ਪਹਿਲਾਂ ਜੇ ਕੁਝ ਤੁਸੀਂ ਬਹੁਤ ਵਧੀਆ ਗਾਣਾ ਜਿਹੜਾ ਤੁਹਾਡੀ ਪਸੰਦ ਦਾ ਹੋਵੇ ਉਹ ਸੁਣਾਓ ਜੀ ਰਾਂਝਾ ਨਾ ਬੇ ਰਾਂਝਾ ਨਾ ਰਾਂਝਣਾ ਵੇ ਰਾਂਝਣਾ ਵੇ ਰਾਂਝਣਾ ਨਿਤ ਵੰਡਾ ਮੈਂ ਨਿਆਜ਼ਾ ਨਾਲੇ ਕਰਾ ਫਰੀਆਨਾ ਨਿਤ ਵੰਡਾ ਮੈਂ ਨਿਆਜ਼ਾ ਨਾਲੇ ਕਰਾ ਫਰੀਆਨਾ ਵੱਲਾ ਯਦ ਕੇ ਖੁਦਾ ਤੋ ਮੰਗਾ ਖੜੀ ਤੇਰੇ ਦਮ ਦੀ ਤੇਰੇ ਬਿਨਾ ਰਾਜਣਾ ਵੇਹੀ ਜਿਤ ਕੜੇ ਕੰਦੀ ਤੇਰੇ ਬਿਨਾ ਰਾਜਣਾ ਵੇ ਮੈਂ ਨਾ ਕਿਸੇ ਕੰਦੀ ਓ ਮੇਰੇ ਪਿੱਛੇ ਪਿਆ ਤੈਨੂੰ ਓ ਵਜੀਆਂ ਚਰੋਣੀਆਂ ਵੰਜੀਲੀ ਤੇ ਚੂਰੀ ਦੀਆਂ ਬਣੀਆਂ ਕਹਾਣੀਆਂ ਹੋਏ ਮੇਰੇ ਪਿੱਛੇ ਪਈਆਂ ਤੈਨੂੰ ਉਹ ਮਾਝੀਆਂ ਚਿਹਰੋਂ ਨੀਆਂ ਵੰਜੀਲੀ ਤੇ ਚੂਰੀ ਦੀਆਂ ਬਣੀਆਂ ਕਹਾਣੀਆਂ ਤੂੰ ਤੇ ਬਣ ਗਏ ਰਾਜਿਆ ਤੂ ਤੇ ਬਣ ਗਿਆ ਰਾਂਜਿਆ ਤੂ ਤੇ ਬਣ ਗਿਆ ਰਾਂਜਿਆ ਦਵਾਵੇ ਮੇਰੇ ਗਮ ਦੀ ਤੇਰੇ ਬਿਨਾ ਰਾਂਜਣਾ ਵੇ ਕੀ ਰਿੱਕੜੇ ਕੰਦੀ ਤੇਰੇ ਬਿਨਾ ਰਾਂਝਾ ਵੇ ਮੈਂ ਨਾ ਕਿਸੇ ਕੰਦੀ ਵਾਹ ਵਾਹ ਬਹੁਤ ਖੂਬਸੂਰਤ ਅ ਜਦੋਂ ਘਰ ਦੇ ਵਿੱਚ ਮਾਹੌਲ ਹੈ ਗਾਇਕੀ ਕਿਸ ਤਰੀਕੇ ਨਾਲ ਤੁਸੀਂ ਸਿੱਖ ਰਹੇ ਹੋ ਕਿਉਂਕਿ ਹਾਲਾਤ ਉਸ ਤਰੀਕੇ ਦੇ ਜਿਹੜੇ ਨਹੀਂ ਨੇ ਇਹ ਗਾਇਕੀ ਮੇਰੇ ਸਕੂਲ ਦੇ ਟੀਚਰ ਕਰਦੇ ਫੀਸ ਭਰਦੇ ਆ ਪੰਜਾਬ ਨਾਟ ਸ਼ਾਲਾ ਦੇ ਸਰ ਜਤਿੰਦਰ ਸਰ ਉਹ ਕਰ ਰਹੇ ਜੀ ਜੋ ਉਹ ਵੀ ਕਰ ਰਹੇ ਹੁਣ ਤੱਕ ਕੀ ਕੁਝ ਜਿਹੜਾ ਤੁਸੀਂ ਸਿੱਖ ਚੁੱਕੇ ਹੋ ਐਹੀ ਸੰਗੀਤ ਹੈ ਸਿੱਖਿਆ ਜੀ ਲੋਕਡਾਊਨ ਕਰਕੇ ਇਸ ਲਈ ਮੇਰੇ ਕੋ ਨਹੀਂ ਜਾ ਪਾਇਆ ਗਿਆ ਜੀ ਪਾਪਾ ਕੀ ਕੰਮ ਕਰਦੇ ਤੁਹਾਡੇ ਪਾਪਾ ਮੇਰੇ ਇਸ ਜਦ ਗਈਆ ਗੁਈਆ ਕਰਦੇ ਆ ਰਸ਼ਕਾ ਰਸ਼ਕਾ ਦਿਹਾੜੀ ਕਰਦੇ ਲੇਬਰ ਦਾ ਕੰਮ ਕਰਦੇ ਮਾੜਾ ਮਟਾ ਖਰਚਾ ਕਰਦਾ ਮੱਸੀ ਚੱਲਦਾ ਕੀ ਸੁਪਨੇ ਸ਼ਹਿਨਾਜ਼ ਨੇ ਅਜੇ ਤੱਕ ਰੱਖੇ ਨੇ ਆਪਣੇ ਸੁਪਨਾ ਨੇ ਮੇਰਾ ਇਹੀ ਆ ਮੈਂ ਆਪਣੇ ਪਾਪਾ ਦਾ ਨਾਮ ਰੋਸ਼ਨ ਕਰਾਂ ਮੱਲੇ ਦਾ ਨਾਮ ਰੋਸ਼ਨ ਕਰਾਂ ਆਪਣੇ ਟੀਚਰ ਸਾਹਿਬ ਜਿਹੜੇ ਮੇਰੇ ਇੰਨੇ ਮੇਰੇ ਪਿੱਛੇ ਲੱਗ ਰਹੇ ਕਰ ਰਹੇ ਮੇਰੇ ਤੋਂ ਪਿੱਛੇ ਮੇਰੀ ਇੰਨੀ ਕਰ ਰਹੇ ਮੈਂ ਬਸ ਐਹੀ ਚੋਨੀ ਆ ਕਿ ਉਹਨਾਂ ਦੀ ਦੁਆਵਾਂ ਮੇਰੇ ਤੇ ਹੋ ਜਾਣ ਕੋਈ ਜਿਹੜੇ ਰਿਐਲਿਟੀ ਸ਼ੋਅ ਚੱਲਦੇ ਨੇ ਉਹਨਾਂ ਦੇ ਵਿੱਚ ਤੁਸੀਂ ਕਿਤੇ ਪਾਰਟਿਸਿਪੇਟ ਕੀਤਾ ਤੁਸੀਂ ਜੀ ਕਿਹੜੇ ਸ਼ੋਅ ਦੇ ਵਿੱਚ ਤੁਸੀਂ ਗਏ ਸੀ ਕਿਹੜਾ ਗਾਣਾ ਬੋਲਿਆ ਸੀ ਤੁਸੀਂ ਭਾਈ ਸੋ ਪੰਜਾਬ ਚ ਗਏ ਆਪਾਂ ਕਿਹੜਾ ਗਾਣਾ ਬੋਲਿਆ ਸੀ ਕਿਹੜੇ ਜਜਜਸ ਸੀ ਉਸ ਵੇਲੇ ਮਾਸਟਰ ਸਲੀਮ ਜੀ ਤੇ ਸਤਿਨੀ ਇਹ ਹੋਰ ਨਰਮਲ ਸਿੱਧੂ ਹੀ ਬਸ 10 ਜਜਜਸ ਬੈਠੇ ਹੋਏ ਸੀ ਕਿਹੜਾ ਗਾਣਾ ਸੀ ਕੀ ਕਮੈਂਟ ਮਿਲੇ ਸੀ ਉੱਥੇ ਕਮੈਂਟ ਦੇ ਉਹਨਾਂ ਨੇ ਮੈਨੂੰ ਬੜੇ ਵਧੀਆ ਬਹੁਤ ਵਧੀਆ ਦਿੱਤੇ ਆ ਤਵਾਤ ਮੈਨੂੰ ਭੈਣ ਬਣਾਇਆ ਉਹਨਾਂ ਨੇ ਭੈਣ ਬਣਾ ਕੇ ਮੜ ਕੇ ਸਾਥ ਸਾਰਾ ਛੱਡ ਦ ਕਿੰਨੇ ਬਣਾਇਆ ਸੀ ਭੈਣ ਕਿੰਨੇ ਸਾਥ ਨਹੀਂ ਦਿੱਤਾ ਮਾਸਟਰ ਸਲੀਮ ਨੇ ਕੀ ਕਿਹਾ ਸੀ ਉਹਨਾਂ ਨੇ ਉਦੋਂ ਕਹਿੰਦੇ ਕਿ ਤੈਨੂੰ ਬੜੀ ਦੂਰ ਤੱਕ ਖੜਾਾਂਗੇ ਉਸ ਤੋਂ ਬਾਅਦ ਕਦੀ ਫੋਨ ਜਾਂ ਰਾਬਤਾ ਕਾਇਮ ਕੀਤਾ ਹੋਇਆ ਨਹੀਂ ਜੀ ਕਦੀ ਵੀ ਨਹੀਂ ਗਾਣਾ ਕਿਹੜਾ ਸੁਣਾਇਆ ਸੀ ਉੱਥੇ ਅਸੀਂ ਸੁਣਾ ਮੈਂ ਉਸ ਕੁੜੀ ਦੀ ਕੋਈ ਮਜਬੂਰੀ ਹੈ ਸੰਦਮੀ ਤੋਂ ਲੈਣਾ ਇਹਦੀਆਂ ਜੀ ਆ ਸਜਣੀ ਰਾਲ ਗੱਲਾਂ ਕਰੀਏ ਸਾਨੂੰ ਅੰਤ ਵਿਚੜਿ ਨਾ ਆਪੇ ਜਣਾ ਮੈਂ ਕੀ ਕਰਦੀ ਵੇਦਾਸ ਸਜਣਾ ਨੀ ਤੂੰ ਜਾਂਦੀ ਵਾਰੀ ਕੇ ਜਣਾ ਮੇਰੇ ਖਸ ਖੁਸ਼ੀਆਂ ਰੋਣਿਕ ਨੂੰ ਤੂੰ ਹੱਥੀ ਲੁੱਟ ਕੇ ਲੈ ਜਾਣਾ ਓ ਮੇਰੀ ਸੀ ਕਦੇ ਮੇ ਨੀ ਹਸੀਏ ਹੋ ਕੇ ਦੇ ਰੇ ਜਣੋ ਦੂਰ ਮੇਰੇ ਤੋ ਜਾਨੀ ਸਕਦੀ ਹੋਰ ਕਿਸੇ ਨੂੰ ਚਾਨੀ ਸਕਦੀ ਦੂਰ ਮੇਰੇ ਤੋ ਜਾਨੀ ਸਕਦੀ ਹੋਰ ਕਿਸੇ ਨੂੰ ਚਾਨੀ ਸਕਦੀ ਵਿਛੜਨ ਪਿੱਛੇ ਕੋਈ ਗੱਲ जरूरी हो बेगी पीछे कोई गल जरूरी हो बेगी ओस कुड़ी दीवी कोई मजबूरी हो बेगी ओस कुड़ी दीवी कोई मजबूरी हो ਅ ਲਖਵਿੰਦਰ ਵਡਾਲੀ ਜੀ ਨੇ ਤੁਹਾਨੂੰ ਬੁਲਾਇਆ ਸੀ ਪਿਛਲੇ ਦਿਨੀ ਆਪਣੇ ਘਰੇ ਬੁਲਾਇਆ ਸੀ ਕੀ ਕੁਝ ਗੱਲ ਹੋਈ ਉਹਨਾਂ ਦੇ ਨਾਲ ਕੀ ਕੁਝ ਉਹਨਾਂ ਨੇ ਕਿਹਾ ਉਹ ਕਹਿ ਰਹੇ ਸੀ ਤੇਰੇ ਗਾਣੇ ਦੋ ਆਪਣੇ ਸਟੂਡੀਓ ਕਰਾਂਗੇ ਡਾਇਰੈਕਟ ਠੀਕ ਹੈ ਮੈਂ ਕਿਹਾ ਓਕੇ ਸਰ ਜੀ ਸਰ ਬੜਾ ਉਹਨਾਂ ਨੇ ਮੈਨੂੰ ਵੈਸੇ ਬੜਾ ਉਹਨਾਂ ਨੇ ਪ੍ਰੇਮ ਕੀਤਾ ਬੜਾ ਹੋਣ ਕਹਿੰਦੇ ਸੀ ਨਹੀਂ ਤੈਨੂੰ ਹੀ ਗਾਹ ਤੱਕ ਖੜਾਂਗੇ ਲਖਵਿੰਦਰ ਭਾਜੀ ਸ਼ਨਾਜ ਕਦੇ ਮਨ ਦੇ ਵਿੱਚ ਰੋਸ ਹੁੰਦਾ ਹੈ ਪ੍ਰਮਾਤਮਾ ਦੇ ਖਿਲਾਫ ਕਿ ਅੱਖਾਂ ਦੀ ਜੋਤ ਨਹੀਂ ਹੈ ਮੈਂ ਵੀ ਇਸ ਦੁਨੀਆ ਨੂੰ ਦੇਖ ਸਕਦੀ ਜੇਕਰ ਹੁੰਦੀ ਮੇਰੇ ਹਲਾਤ ਉਸ ਤਰੀਕੇ ਦੇ ਹੁੰਦੇ ਮੈਂ ਰੰਗ ਦੁਨੀਆ ਦੇ ਦੇਖ ਸਕਦੀ ਚਲੋ ਰੱਬ ਨੇ ਨਾਰਾਜ਼ਗੀ ਤਾਂ ਚਲੋ ਉਹ ਜ਼ਰੂਰ ਰੱਖਣੀ ਉਹ ਵੀ ਜਿਹੜੀ ਜ਼ਿੰਦਗੀ ਚ ਹਾਰੇ ਆ ਜਿਹੜਾ ਜੀਣਦੇ ਆ ਮੈਂ ਵੀ ਇਹ ਰੱਬ ਨੇ ਮੈਨੂੰ ਗੁਣ ਤੇ ਦਿੱਤਾ ਹੀ ਜੇ ਮੈਨੂੰ ਰੱਬ ਨੇ ਜੋਤ ਨਹੀਂ ਅੱਖਾਂ ਦੀ ਦਿੱਤੀ ਆ ਨਾ ਤੇ ਰੱਬ ਨੇ ਗੁਣ ਤੇ ਵਧੀਆ ਇਹ ਦੇ ਦਿੱਤਾ ਨਾ ਕਿ ਦੁਨੀਆ ਦਾ ਨਾਮ ਮੈਂ ਰੋਸ਼ਨ ਕਰ ਸਕਾਂ ਕੀ ਪ੍ਰਮਾਤਮਾ ਕੋਲੋਂ ਮੰਗਦੇ ਹੁੰਦੇ ਹੋਂ ਸ੍ਰੀ ਸ਼ਾਮ ਪ੍ਰਮਾਤਮਾ ਨੇ ਇਹ ਕਹੀਦਾ ਵੀ ਐਮ ਹਾਂ ਮਾਰਾਈ ਤੇਰੇ ਹੱਥ ਮੇਰੀ ਡੋਰ ਆ ਤੂੰ ਹੀ ਮੈਨੂੰ ਉੱਚੇ ਮਕਾਨ ਤੋਂ ਪਹੁੰਚੋਣ ਵਾਲੇ ਏ ਤੂੰ ਹੀ ਮੇਰੇ ਕਰਨ ਵਾਲੇ ਜੇ ਜਿਹੜੇ ਅੱਜ ਕੱਲ ਸਿੰਗਰ ਨੇ ਉਹਨਾਂ ਵਿੱਚੋਂ ਕਿਹੜਾ ਪਸੰਦ ਹੈ ਤੁਹਾਨੂੰ ਉਹਨਾਂ ਦਾ ਕਿਹੜਾ ਗਾਣਾ ਪਸੰਦ ਹੈ ਅੱਜ ਕੱਲ ਦੇ ਸਿੰਗਰ ਵਿੱਚੋਂ ਕਾਤਵਾ ਦੀ ਅਸੈਂਡਿੰਗ ਨੇ ਆ ਗਿਆ ਜੀ ਖਾਨ ਦੀ ਪਸੰਦ ਨੇ ਇਸ ਤੋਂ ਪਹਿਲਾਂ ਜਿਹੜੇ ਸਿੰਗਰ ਸੀ ਉਹਨਾਂ ਵਿੱਚੋਂ ਜਿਹੜੇ ਉਹ ਕਿਹੜੇ ਨੇ ਹੋਰ ਮਾਸ਼ਾਅੱਲਿ ਆਪਣਾ ਜੀਖਾਨ ਦਾ ਕੋਈ ਗਾਣਾ ਜਾਂ ਮਾਸ਼ਾਅੱਲਿ ਦਾ ਗਾਣਾ ਕੋਈ ਜੀਖਾਨ ਦਾ ਸੁਣਾ ਦੇਣੀ ਜੀ ਦਿਲਿਤ ਬੋਤੀ ਦਿਖਾਉਂਦੇ ਮਿੱਠੇ ਕੋੜੇ ਬੋਲ ਇਤਨੇ ਰੇ ਯੋ ਹੈ ਨੀ ਜੋ ਵਕਤ ਸੁਣੀਆ ਸਾਡੇ ਲਈ ਕੋਲ ਤੇਰੇ ਹਾਸੇ ਉੱਡੇਗੇ ਬੁਲੀਆਂ ਤੋ ਗਏ ਹਾਸੇ ਉੱਡੇਗੇ ਬੁਲੀਆਂ ਵਿਛੜ ਜਣਾ ਵੇ ਮੈਂ ਤੇਰੇ ਤੋਂ ਵੱਖ ਹੋ ਕੇ ਜ਼ਿੰਦਗੀ ਜਿਉਣਾ ਨਹੀਂ ਚਾਹਦੀ ਸੱਚੀ ਗੱਲ ਕਿਸੇ ਕੀਮਤ ਤੇ ਤੈਨੂੰ ਕੋणा ਨਹੀਂ ਚਾਹਦੀ ਗੱਲ ਗੱਲ ਤੇਰਾ ਗਲ ਤੇਰਾ ਬੁਮਾਰੇ ਵੇ ਮਿਆਰ ਦੀ ਸਭ ਸਜਣਾ ਸਾਡੀ ਜਾਨ ਨੇਤਾ ਨੈਲਾਨੀ ਜਤੈ ਨੂੰ ਮੰਨ ਲਿਆ ਰੱਬ ਸਜਣਾ ਸਾਡੀ ਜਾਨ ਨੇਤਾ ਨੈਲਾਨੀ ਹਾ ਜੱਤਿਆ ਨੂੰ ਮੰਨ ਲਿਓ ਰੱਬ ਜਣਾ ਸੁਣਿਆ ਕਿ ਨਵੇਂ ਟਰੈਕ ਜਿਹੜੇ ਕਰਨ ਜਾ ਰਹੇ ਹੋ ਲਖਵਿੰਦਰ ਜੀ ਬਡਾਲੀ ਹੁਣੀ ਜਿਹੜਾ ਤੁਹਾਡਾ ਸਾਥ ਦੇ ਰਹੇ ਨੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿਵੇਂ ਦੀ ਤਿਆਰੀ ਤੁਸੀਂ ਕਰ ਰਹੇ ਹੋ ਬਹੁਤ ਜਿਆਦਾ ਖੁਸ਼ੀ ਹੋ ਰਹੀ ਮੈਂ ਤਿਆਰੀ ਤਾਂ ਬਸ ਡੱਟ ਕੇ ਕਰਨੀ ਪਹਿਲਾ ਸਿੰਗਲ ਟਰੈਕ ਕਰਨ ਜਾ ਰਹੇ ਹੋ ਕੀ ਸੋਚਿਆ ਹੈ ਕਿਵੇਂ ਦਾ ਗਾਣਾ ਜਿਹੜਾ ਗਾਣਾ ਹੈ ਹਾਲੇ ਉਹਨਾਂ ਨੇ ਜੀ ਗਾਣਾ ਭੇਜਣਾ ਹੈ ਕਿਸ ਤਰੀਕੇ ਦਾ ਗਾਣਾ ਚਾਹੁੰਦੇ ਹੋ ਸੈਡ ਗਾਣਾ ਚਾਹੁੰਦੇ ਹੋ ਜਾਂ ਹੋਰ ਕਿਸੇ ਤਰੀਕੇ ਦਾ ਜੋ ਵੀ ਡਾਇਰੈਕਟ ਨੇ ਭੇਜ ਦਿੱਤਾ ਗਾਣਾ ਕੋਈ ਵੀ ਸਿੰਗਰ ਨੇ ਕੋਈ ਗਾਣਾ ਭੇਜ ਦਿੱਤਾ ਆਪਾਂ ਨੂੰ ਤਾਂ ਉਹੀ ਗਾਣਾ ਪੜਾ ਕਰਦੇ ਹਾਲਾਤ ਇਸ ਤਰੀਕੇ ਤੇ ਨੇ ਕਦੀ ਮਨ ਦੇ ਵਿੱਚ ਰੂਸ ਆਉਂਦਾ ਹੈ ਜਾਂ ਮਨ ਦੇ ਵਿੱਚ ਕੋਈ ਚਾਹ ਉੱਠਦਾ ਹੈ ਕਿ ਸਾਡੇ ਵਿੱਚ ਹਾਲਾਤ ਇਸ ਤਰੀਕੇ ਤੇ ਹੋਣ ਮੈਨੂੰ ਮਾਹੌਲ ਵੀ ਗਾਇਕੀ ਵਾਲਾ ਪੂਰਾ ਮਿਲੇ ਮੈਂ ਆਪਣਾ ਹੋਰ ਸਮਾਂ ਜਿਹੜਾ ਭਲਾਈ ਨੂੰ ਗਾਇਕੀ ਨੂੰ ਦੇ ਸਕਾਂ ਜੀ ਹੁੰਦਾ ਰਹੇਗਾ ਹੀ ਆ ਕਿਵੇਂ ਕਹਿੰਦੇ ਨਾ ਸਾਂਝ ਸਾਂਝਾ ਕਰਦੇ ਹਾਂ ਸਾਰਾ ਆਪਣੇ ਪਾਪਾਣਾ ਮੰਮਾ ਦੀ ਜੜੀ ਹੈਗੀ ਉਹਨੇ ਡੈਥ ਹੋ ਗਈ ਆਪਣੇ ਭੈਣਾ ਨਾਲ ਮੰਮਾ ਦੀ ਡੈਥ ਕਦੋਂ ਹੋਈ ਸੀ ਕਿਵੇਂ ਹੋਈ ਸੀ ਮੰਮਾ ਦੀ ਡੈਥ ਹੋ ਗਈ ਉਹਨਾਂ ਨਾਲ ਦੋਸਾ ਹਲਪ ਹੋ ਗਿਆ ਮੰਮਾ ਤੋਂ ਬਿਨਾ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਵੇਂ ਦਾ ਮਹਿਸੂਸ ਕਰਦੇ ਹਾਂ ਮੰਮਾ ਛੱਡ ਕੇ ਜਾ ਚੁੱਕੇ ਨੇ ਵੀਨ ਮਹੌਲੇ ਮੰਮਾ ਜਾ ਕੇ ਛੱਡ ਚੁੱਕੇ ਨਾ ਮੰਮਾ ਮੈਨੂੰ ਬੜਾ ਮੈਨੂੰ ਯਾਦ ਆਉਂਦੀ ਬੜੀ ਉਹਨਾਂ ਦੀ ਮੈਂ ਯਾਦ ਕਰਦੇ ਹਾਂ ਆਪਣੇ ਮੰਮਾ ਨੂੰ ਤੁਸੀਂ ਐਹੀ ਉਹਨਾਂ ਦੇ ਨਾਲ ਆ ਕੇ ਗਾਣੇ ਲਾ ਲਾ ਕੇ ਸੁਣਦੇ ਰਹੇ ਦਮ ਮਾ ਮਾ ਵਾਲੇ ਕੋਈ ਵੀ ਕੋਈ ਦੋ ਬੋਲ ਉਸ ਗਾਣੇ ਦੇ ਜਿਹੜਾ ਤੁਹਾਡਾ ਬਹੁਤ ਦਿਲ ਦੇ ਨੇੜੇ ਹੋਵੇ ਜਿਸ ਨੂੰ ਯਾਦ ਕਰਦੇ ਹਾਂ ਮੰਮਾ ਨੂੰ ਯਾਦ ਕਰਦੇ ਹਾਂ ਸੁਣਦੇ ਹਾਂ ਮੈਂ ਹੁਣ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲੇ ਰੈਂਦਿਆਂ ਓ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦੀਆ ਹੁਣ ਮੇਰੀ ਜ਼ਿੰਦਗੀ ਚ ਵੜਨਾ ਹੈ ਮੈਂ ਓ ਯੰਮੀ ਮੇਰੀ ਆ ਯੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਕਿੱਥੋਂ ਤੋੜਨਾ ਹੈ ਮੈਂ ਓ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਐ ਮੈਂ ਆ ਕੋਈ ਰੀਸ ਨਹੀਂ ਠੰਡੀ ਸ਼ਾਂਦੀ ਜਾਨੀ ਖੈਰ ਮੰਗੇ ਹਰੀ ਸਾਦੀ ਜਾਨੀ ਰੱਬ ਵੀ ਪੂਰੀ ਕਰਨੀ ਸਕਦਾ ਕਮੀ ਕਦੇ ਵੀ ਮਾਂ ਦੀ ਜਾਨੀ ਕੋਈ ਰੀਸ ਨਹੀਂ ਠੰਡੀ ਸਾਦੀ ਜਾਨੀ ਘਰ ਮੰਗੇ ਹੋਰ ਸਾਦੀ ਜਾਨੀ ਰੱਬ ਵੀ ਪੂਰੀ ਕਰੀ ਨਾ ਪਾਇਆ ਕਮੀ ਕਦੇ ਵੀ ਮਾਂ ਦੀ ਜਾਨੀ ਕਮੀ ਕਦੇ ਦੀ ਮਾਂ ਦੀ ਜਾਨੀ ਉੱਟ ਗਿਆ ਮੇਰਾ ਤੇ ਜਕੀਨ ਮੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਇਹ ਮੈਂ ਓ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਅੱਜ ਨੂੰ ਤੋੜਨਾ ਇਹ ਮੈਂ ਬਹੁਤ ਖੂਬ ਬਹੁਤ ਮਾਹੌਲ ਜਿਹੜਾ ਹੈ ਉਸ ਤਰੀਕੇ ਦਾ ਬਣ ਗਿਆ ਆ ਮਾਸਟਰ ਸਲੀਮ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੇ ਤੁਹਾਡਾ ਇੱਕ ਵਾਅਦਾ ਕੀਤਾ ਸੀ ਕਿ ਪੈਨ ਛੋਟੀ ਬਣਾਇਆ ਸੀ ਹੁਣ ਤੁਹਾਨੂੰ ਉਹਨਾਂ ਦੀ ਬੜੀ ਲੋੜ ਹੈ ਕੀ ਕਹਿਣਾ ਚਾਹੁੰਦੇ ਹੋ ਮਾਸਟਰ ਸਲੀਮ ਨੂੰ ਵਹੀ ਇਹੀ ਕਹਿਣਾ ਚਾਹਨੀ ਆ ਜੋ ਮੈਨੇ ਵਾਅਦਾ ਕੀਤਾ ਮੇਰੇ ਵਾਅਦੇ ਪੂਰੇ ਕਰਨ ਪਿਆਰ ਨਾਲ ਕਿ ਗੁੱਸੇ ਨਾਲ ਨਹੀਂ ਜੀ ਗੁ ਪਿਆਰ ਨਾਲ ਜੀ ਸ਼ਨਾਜ਼ ਜਾਂਦੇ ਜਾਂਦੇ ਕੀ ਕੁਝ ਸੋਚਿਆ ਹੈ ਜ਼ਿੰਦਗੀ ਦੇ ਵਿੱਚ ਕਰਨਾ ਹੈ ਤੇ ਕਿਵੇਂ ਕਰਨਾ ਹੈ ਜ਼ਿੰਦਗੀ ਜਾਈ ਸੋਚਿਆ ਆ ਹੇ ਮਾਲਕ ਤੂੰ ਹੀ ਆ ਪੜਾਈ ਦਾ ਵੀ ਸ਼ੌਂਕ ਹੈ ਜੀ ਕਿਹੜੀ ਕਲਾਸ ਪੜ੍ਹ ਰਹੇ ਹੋ ਹੁਣ ਕਲਾਸ 10ਵੀਂ ਦੇ ਪੇਪਰ ਦੇਣੇ ਅੱਜ ਜੀ ਤਿਆਰੀ ਪੂਰੀ ਜੀ ਇੱਕ ਮੈਂ ਗੱਲ ਕਹਿਣਾ ਚਾਹੁੰਨੀ ਆ ਹਰ ਸਿਮਰਨ ਜਿਹੜੇ ਮੇਰੇ ਨਾਲ ਉਹਨਾਂ ਨੇ ਮੈਨੂੰ ਹਰਮੋਨੀਅਮ ਦਿੱਤਾ ਹੈ ਜੀ ਇਹ ਕੌਣ ਨੇ ਹਰ ਸਿਮਰਨ ਤੇ ਹਰਮੋਨੀਅਮ ਹੁਣ ਦੇ ਕੇ ਗਏ ਨੇ ਜੀ ਜੀ ਉਹਦੇ ਰਾਜ ਵਾਸਤੇ ਪਹਿਲਾਂ ਤੁਹਾਡੇ ਕੋਲ ਹਰਮੋਨੀ ਹੋਣੀ ਸੀ ਨਹੀਂ ਜੀ ਉਹੀ ਜੇ ਉਹ ਉਹ ਵਾਦੇ ਮੇਰੇ ਜਿਹੜੇ ਮੇਰੇ ਵਾਦੇ ਕਰਕੇ ਗਏ ਨਾ ਉਹ ਸ਼ਹਿਨਾਇ ਤੇ ਪੂਰੇ ਵਾਦੇ ਨੂੰ ਨਿਭਾ ਰਿਹਾ ਕਿਉਂਕਿ ਮੇਰੇ ਭਰਾ ਬਣ ਗਏ ਮੋਨ ਦੀ ਪਿਆਣੇ ਮਤਲਬ ਜੇ ਉਹ ਉਹ ਨੇ ਇੰਨਾ ਤੁਹਾਡੇ ਨਾਲ ਕਰ ਰਹੇ ਨੇ ਇੰਨੀ ਉਮੀਦਾਂ ਨੇ ਤੇ ਸ਼ਹਿਨਾਜ਼ ਉਹਨਾਂ ਉਮੀਦਾਂ ਦੇ ਖਰਾ ਉਤਰੇਗੀ ਜੀ ਸੋ ਐਸੀ ਚਹਨਾਜ ਜਿਸ ਦੀਆਂ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਸੁਣ ਰਹੇ ਸੀ ਜ਼ਿੰਦਗੀ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਪ੍ਰੇਰਣਾਦਾਇਕ ਕੇਸ ਦੀਆਂ ਗੱਲਾਂ ਬਾਤਾਂ ਨੇ ਜਿਹੜਾ ਉਸ ਪ੍ਰਮਾਤਮਾ ਦੇ ਉੱਤੇ ਗਿਲਾ ਕਰਦੇ ਰਹੇ ਸ਼ਿਕਵਾ ਰੱਖਦੇ ਰਹੇ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜੋ ਉਹ ਚਾਹੁੰਦੇ ਨੇ ਉਹ ਨਹੀਂ ਮਿਲਿਆ ਪਰ ਇਹ ਬੱਚੀ ਜਿਹੜੀ ਆ ਕਰਦੇ ਔਕੜਾਂ ਪ੍ਰੇਸ਼ ਸਮੇਂ ਦੇ ਬਾਵਜੂਦ ਵੀ ਉਸ ਪ੍ਰਮਾਤਮਾ ਦੇ ਅੱਗੇ ਜਿਹੜਾ ਇਹ ਰੋਸ ਨਹੀਂ ਰੱਖਦੀ ਤਾਂ ਉਸ ਦਾ ਸ਼ੁਕਰਾਨਾ ਕਰਦੀ ਹੋਈ ਇਹ ਉਮੀਦ ਰੱਖਦੀ ਆ ਕਿ ਉਸ ਨੇ ਜਿਹੜਾ ਉਸ ਨੂੰ ਗੁਣ ਦਿੱਤਾ ਹੈ ਗਾਇਕੀ ਦਾ ਉਸ ਦੇ ਵਿੱਚ ਚਾਰ ਚੰਦ ਲੱਗ ਜਾਣ ਤਾਂ ਉਹ ਆਪਣਾ ਜੋ ਸੁਪਨਾ ਲੈ ਕੇ ਆਈ ਹੈ ਉਹ ਉਸ ਨੂੰ ਕਰੇ ਤੇ ਜੋ ਜ਼ਿੰਦਗੀ ਦੇ ਵਿੱਚ ਨਾਮਣਾ ਖੱਟਣਾ ਚਾਹੁੰਦੀ ਹੈ ਇੱਕ ਆਪਣੇ ਪਰਿਵਾਰ ਦਾ ਨਾਮ ਜਿਹੜਾ ਹੈ ਉਹ ਮਸ਼ਹੂਰ ਕਰਨਾ ਚਾਹੁੰਦੀ ਹੈ ਉਸ ਦੀ ਜਿਹੜੀ ਉਮੀਦ ਹੈ ਉਸ ਨੂੰ ਜਰੂਰ ਫਲ ਮਿਲੇ ਸੋ ਇਸ ਸਭ ਦੇ ਪਿੱਛੇ ਇੱਕ ਅਜਿਹੀ ਸ਼ਖਸੀਅਤ ਹੈ ਜਿਨ੍ਹਾਂ ਨੇ ਇਸ ਬੱਚੀ ਨੂੰ ਜਿਹੜਾ ਹੈ ਤਰਾਸ਼ਣ ਦੇ ਵਿੱਚ ਕੈਂਪੂ ਮਿਕਾ ਨਿਭਾਈ ਅਤੇ ਉਸ ਨੂੰ ਹਰ ਥਾਂ ਲੈ ਕੇ ਜਾਂਦੇ ਨੇ ਉਸ ਨੂੰ ਸੰਗੀ ਜੋ ਇਸ ਦੇ ਚਾਹ ਨੇ ਉਸ ਤੇ ਪੂਰੇ ਕਰਨ ਦੇ ਲਈ ਮੇਰੇ ਨਾਲ ਦੇ ਧਰਮਿੰਦਰ ਸਿੰਘ ਜੀ ਧਰਮਿੰਦਰ ਸਿੰਘ ਜੀ ਜਦੋਂ ਬੱਚੀ ਤੁਹਾਡੇ ਕੋਲ ਆਈ ਸੀ ਕਿਵੇਂ ਦਾ ਤੁਸੀਂ ਜਿਹੜਾ ਏ ਉਸ ਨੂੰ ਪਛਾੜਿਆ ਉਸ ਦੀ ਗਾਇਕੀ ਦਾ ਜਿਹੜਾ ਅੱਜ ਇਤੋਂ ਤੱਕ ਕਦਰ ਪੈ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਡੇ ਜਿਹੜੇ ਆਈਡੀ ਕੰਪੋਨੈਂਟ ਚ ਜਿਹੜੇ ਵਲੰਟੀਅਰ ਹੁੰਦੇ ਨੇ ਫੀਲਡ 'ਚ ਸਰਵੇ ਕਰਦੇ ਨੇ ਰਮਨ ਦੀਪ ਲੜਕੀ ਉਹਨੇ ਇਹਨੂੰ ਆਈਡੈਂਟੀਫਾਈ ਕੀਤਾ ਤੇ ਸਾਡੇ ਜਿਹੜੇ ਸਪੈਸ਼ਲ ਐਜੂਕੇਟਰ ਜੀ ਪੁਸ਼ਪਾ ਇਹਨਾਂ ਨੇ ਮਿਲ ਕੇ ਸਕੂਲ 'ਚ ਦਾਖਲ ਕਰਵਾਇਆ ਵੱਲੋਂ ਤੇ ਉਹਨਾਂ ਨੇ ਜਦੋਂ ਇਹਨੂੰ ਵੇਖਿਆ ਗੁਣਗੁਣਾਉਂਦੀ ਸੀ ਤੇ ਫਿਰ ਹੋਲੀਡੇ ਨੂੰ ਬਾਲ ਸਭਾ 'ਚ ਪਾਰਟਿਸਪੇਟ ਕਰਾਉਣਾ ਸ਼ੁਰੂ ਕੀਤਾ ਬਾਲ ਸਭਾ ਤੋਂ ਫਿਰ ਅਸੀਂ ਇਰੇ ਸਾਡੇ ਵੋਕੇਸ਼ਨ ਟੀਚਰ ਮਰਕਸ ਪਾਲ ਸੀ ਉਹਨਾਂ ਨੇ ਟ੍ਰੇਨਿੰਗ ਥੋੜੀ ਦੇਣੀ ਸ਼ੁਰੂ ਕੀਤੀ ਕੁਛ ਖੁਦ ਆਪ ਰਿਆਜ ਕਰਦੇ ਰਹੀ ਤੇ ਉਹਰ ਤੋਂ ਬਾਅਦ ਆ ਸਟੇਜ ਸ਼ੋਅ ਦੇ ਗਈ ਜਦੋਂ ਤੇ ਉੱਥੇ ਜਤਿੰਦਰ ਬਰਾੜ ਜੀ ਨਾਟਕ ਸ਼ਾਲਾ ਦੇ ਸੰਸਥਾਪਕ ਨੇ ਉਹਨਾਂ ਦੀ ਨਜ਼ਰ ਹੀ ਚੜੀ ਤੇ ਉਹਨਾਂ ਨੇ ਇਮੀਡੀਏਟਲੀ ਇਹਨੂੰ ਆਪਣੀ ਗੋਦ ਲਿਆ ਤੇ ਅਸੀਂ ਕਹਿੰਦੇ ਕਿ ਇਹਨਾਂ ਜਰਾ ਟ੍ਰੇਨਿੰਗ ਦਾ ਜਰਾ ਉਸਤਾਦ ਮੈਂ ਦੇਵਾਂਗਾ ਤੇ ਉਹ ਹੁਣ ਤੱਕ ਆਪਣਾ 13 ਸਾਲਾਂ ਤੋਂ ਇਰਤੇ ਮਿਹਨਤ ਕਰ ਰਹੇ ਨੇ ਉਸਤਾਦ ਦਿਪਨ ਰਾਜਾ ਜੀ ਦੇ ਤੇ ਹੁਣ ਇਹਨੂੰ ਸਿਖਾ ਰਹੇ ਨੇ 뮤직 ਦਾ ਸਾਰਾ ਇਹ ਔਰਤ ਬਾਦ ਸਾਨੂੰ ਹੋਣੇ ਖੁਸ਼ੀ ਇਹ ਚੀਜ਼ ਦੇ ਕਿ ਜਦੋਂ ਸੋਸ਼ਲ ਮੀਡੀਆ ਦੇ ਵੀਡੀਓਜ਼ ਵਾਇਰਲ ਹੋਈਆਂ ਕੁਝ ਨਿਊਜ਼ ਚੈਨਲਾਂ ਨੇ ਇਹਦਾ ਵੀਡੀਓਜ਼ ਭੇਜੀਆਂ ਤੇ ਉਹ ਤੋਂ ਬਾਅਦ ਲਖਵਿੰਦਰ ਵਡਾਲੇ ਜੀ ਉਹਨਾਂ ਨੇ ਇਹਨੂੰ ਕਾਲ ਕਰਕੇ ਸਾਨੂੰ ਬੁਲਾਇਆ ਤੇ ਇਹਦੇ ਨਾਲ ਘੜੀ ਘੜੇ ਘੰਟਾ ਡੇਢ ਘੰਟਾ ਬਤਾਇਆ ਤੇ ਉਹਰੇ ਚ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ ਹੁਣ ਅਸੀਂ ਡੈਕਸ ਜਿਹੜਾ ਵੀ ਕੋਈ ਡ੍ਰਾਈਵ ਕਰਾਂਗੇ ਔਰ ਇਹ ਚ ਗਾਣੇ ਸਿਲੈਕਟ ਕਰ ਰਹੇ ਨੇ ਇਹਦੀ ਆਵਾਜ਼ ਸੁਣ ਕੇ ਕਿ ਇਹ ਜਿਹੜਾ ਲੈਵਲ ਕਿਦਾਂ ਦਾ ਤੇ ਉਹਰੇ ਮੁਤਾਬਿਕ ਦੋ ਜਾਂ ਤਿੰਨ ਗਾਣੇ ਉਹ ਕਹਰੇ ਕਿ ਅਸੀਂ ਜ਼ਰੂਰ ਕਰਾਂਗੇ ਤੇ ਉਮੀਦ ਹੈ ਕਿ ਆ ਜੋ ਅਸੀਂ ਇੱਥੇ ਮਿਹਨਤ ਕਰ ਰਹੇ ਤੇ ਅਗੇ ਲਖਵਿੰਦਰ ਭਾਜੀ ਨੇ ਜੋ ਇਤਨਾ ਵਾਦਾ ਕੀਤਾ ਤੇ ਉਹਨਾਂ ਚੀਜ਼ਾਂ ਤੇ ਸਾਰੀ ਖਰਾ ਉਤਰੂਗੀ ਆ ਕਰਦੇ ਹਾਲਾਤ ਵੀ ਬੜੇ ਉਸ ਤਰੀਕੇ ਦੇ ਨੇ ਕੋਈ ਲੈ ਕੇ ਜਾਣ ਵਾਲਾ ਨਹੀਂ ਕੋਈ ਗਾਈਡ ਕਰਨ ਵਾਲਾ ਨਹੀਂ ਇਸ ਦੇ ਬਾਵਜੂਦ ਵੀ ਤੁਹਾਡੇ ਵੱਲੋਂ ਜਿਹੜੀ ਮਿਹਨਤ ਕੀਤੀ ਜਾ ਰਹੀ ਆ ਆ ਕਿਸ ਤਰੀਕੇ ਦੀ ਤੁਸੀਂ ਜਿਹੜਾ ਸਹਿਯੋਗ ਕਰ ਰਹੇ ਹੁੰਦਾ ਜੀ ਜਿਸ ਤਰ੍ਹਾਂ ਸਾਡਾ ਜਿਹੜਾ ਸੈਂਟਰ ਚੱਲਦਾ ਪਹਿਲ ਰਿਸੋਰਸ ਸੈਂਟਰ ਕਰਮਪੁਰੇ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਹੀ ਸੈਂਟਰ ਚੱਲਦੇ ਨੇ ਤੇ ਬੱਚਿਆਂ ਦੇ ਆਉਣ ਜਾਣ ਦਾ ਖਰਚਾ ਵੀ ਸਰਕਾਰ ਹੀ ਬਹਾਇ ਕਰਦੀ ਐ ਅਸੀਂ ਇਹਨੂੰ ਘਰੋਂ ਲੈ ਕੇ ਜਾਣ ਦਾ ਤੇ ਘਰ ਛੱਡਣ ਦਾ ਕਨਵੈਨਸ ਅਰੇਂਜ ਕਰਦੇ ਤੇ ਉੱਥੇ ਪਹੁੰਚਾਉਂਦੇ ਇਹਨਾਂ ਨੂੰ ਪਰ ਫਿਰ ਵੀ ਘਰ ਦੇ ਹਾਲਾਤ ਇਦਾਂ ਦੇ ਹੋਣ ਕਰਕੇ ਕਈ ਵਾਰ ਸਕੂਲੋਂ ਪਹੁੰਚ ਨਹੀਂ ਪਾਉਂਦੀ ਘਰ ਦੇ ਕੰਮਾਂ ਕਾਜਾਂ ਕਰਕੇ ਜਾਂ ਕੋਈ ਹੋਰ ਦੇ ਮਜਬੂਰੀਆਂ ਕਰਕੇ ਤੇ ਵਿੱਚ ਉਹ ਗੈਪ ਬਹੁਤ ਪੈ ਜਾਂਦਾ ਹੈ ਰਾ ਤੇ ਜਿਸ ਤਰ੍ਹਾਂ ਬੱਚੇ ਸਪੈਸ਼ਲ ਆਉਂਦੇ ਤਾਂ ਹੋਰ ਬੱਚੇ ਵੀ ਆਉਂਦੇ ਨੇ ਜਿਨ੍ਹਾਂ ਇਹਰਾ ਲੈਵਲ ਸੀ 뮤జి ਜਿਹੜੇ ਬੱਚਿਆਂ ਦਾ ਸਪੋਰਟਸ ਵੱਲ ਧਿਆਨ ਹੁੰਦਾ ਸੀ ਫਿਰ ਸਪੋਰਟਸ ਤੇ ਉਹਨਾਂ ਦਾ ਫੋਕਸ ਕਰਦੇ ਸਾਡੇ ਬੱਚੇ 올림픽ਸ ਦਾ ਖੇਡ ਕੇ ਆਏ ਨੇ ਤੇ ਦੇਸ਼ ਦਾ ਨਾਮ ਉੱਚਾ ਕਰ ਚੁੱਕੇ ਨੇ ਉਹ ਤੋਂ ਮੈਡਲ ਲੈ ਕੇ ਤੇ ਸਰਕਾਰ ਵੱਲੋਂ ਵੀ ਪੂਰੀ ਸਹੂਲਤਾਂ ਦਿੱਤੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਸੈਂਟਰ ਚੱਲਦੇ ਨੇ ਇਹ ਮੇਰੀ ਇਹ ਹੀ ਦਰਖਾਸਤ ਸਾਰੇ ਪੇਰੈਂਟਸ ਨੂੰ ਜਾਂ ਸਮਾਜ ਨੂੰ ਜਿੰਨੂੰ ਵੀ ਕਿਤੇ ਬੱਚਾ ਆਇਡੈਂਟੀਫਾਈ ਹੁੰਦਾ ਹੈ ਸਪੈਸ਼ਲ ਬੱਚਾ ਉਹਨੂੰ ਨੇੜਲੇ ਸਰਕਾਰੀ ਸਕੂਲ ਜਰੂਰ ਰابطਾ ਕਾਇਮ ਕਰਵਾ ਕੇ ਤੇ ਬੱਚੇ ਨੂੰ ਤਾਂ ਕਿ ਸਹੀ ਹੱਥਾਂ 'ਚ ਪਹੁੰਚ ਸਕਿਆ ਤੇ ਬੱਚੇ ਦਾ ਹਨਰ ਪਛਾਣ ਕੇ ਜਿਸ ਤਰ੍ਹਾਂ ਦਾ ਬੱਚੇ ਦਾ ਹਨਰ ਪਛਾਣਿਆ ਉਸ ਨੇ ਹੋਰ ਬੱਚੇ ਜਿਹੜਾ ਵੀ ਹਨਰ ਹੋਏਗਾ ਉਹਨੂੰ ਪਛਾਣ ਕੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਸੇ ਸ਼ਨਾਜ਼ ਦੇ ਟੀਚਰ ਤਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਹੈ ਕਿ ਬੀਤੇ ਸਮੇਂ ਤੋਂ ਲਗਾਤਾਰ ਮਿਹਨਤ ਕਰ ਰਹੇ ਨੇ ਉਹਨਾਂ ਦੇ ਸੁਯੋਗੀ ਜਿਹੜੇ ਮਿਹਨਤ ਕਰ ਰਹੇ ਨੇ ਤੇ ਅੱਜ ਸ਼ਨਾਜ਼ ਜਿਹੜੀ ਹੈ ਆਪਣਾ ਮੁਕਾਮ ਹਾਸਲ ਕਰਨ ਦੇ ਵੱਲ ਵੱਧ ਰਹੀ ਹੈ ਤੇ ਉਮੀਦ ਹੈ ਕਿ ਜਲਦੀ ਜੂਸ ਦੇ ਸੁਪਨੇ ਨੇ ਪੂਰੇ ਹੋਣਗੇ ਆ ਅੱਗੇ ਲੈਣ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹਾਂ ਕਰਨੀ ਚਾਹਾਂਗਾ ਕਿ ਜਿਹੜੇ ਲੋਕ ਸਮਾਜ ਦੇ ਵਿੱਚ ਕਿਉਂਕਿ ਸਾਡੇ ਸਮਾਜ ਦਾ ਵਰਤਾਰਾ ਹੈ ਸਾਰੇ ਸਮਾਜ ਦਾ ਨਹੀਂ ਪਰ ਕੁਝ ਸਮਾਜ ਦਾ ਵਰਤਾਰਾ ਹੈ ਕਿ ਜਿਹੜੇ ਕੁੜੀਆਂ ਜੰਮਣ ਤੇ ਜਿਹੜਾ ਹੈ ਪਰਹੇਜ਼ ਕਰਦੇ ਨੇ ਕੁੜੀਆਂ ਜੰਮਣ ਤੇ ਕਈ ਤਰੀਕੇ ਦੇ ਸਵਾਲ ਕਰਦੇ ਨੇ ਕਈ ਤਰੀਕੇ ਦੇ ਇਹੜਾ ਨੇ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਆਉਂਦੇ ਨੇ ਉਸ ਤੋਂ ਬਾਅਦ ਜੇਕਰ ਬੇਟੀ ਹੋਂ ਦੇ ਬਾਵਜੂਦ ਜੇਕਰ ਵਿਸ਼ੇਸ਼ ਹਾਲਾਤਾਂ ਦੇ ਵਿੱਚ ਹੁੰਦੀ ਹੈ ਤਾਂ ਰੱਬ ਦੇ ਅੱਗੇ ਕਈ ਤਰੀਕੇ ਦੇ ਰੋਸੇ ਕਰਦੇ ਨੇ ਪਰ ਇੱਕ ਜਿੰਦੀ ਜਾਗਦੀ ਮਿਸਾਲ ਜਿਹੜੀ ਅੱਜ ਸਾਡੇ ਸਾਹਮਣੇ ਹੈ ਸ਼ਹਨਾਜ਼ ਜੋ ਕਿ ਲੜਕੀ ਆ ਤਾਂ ਉਸ ਤੋਂ ਬਾਅਦ ਜੇਕਰ ਉਸ ਦੀ ਅੱਖਾਂ ਦੀ ਜੋਤ ਨਹੀਂ ਆ ਤਾਂ ਉਸ ਦੇ ਬਾਵਜੂਦ ਵੀ ਉਸ ਦੇ ਮਨ ਦੇ ਵਿੱਚ ਕਿਤੇ ਵੀ ਰੋਸਾ ਨਹੀਂ ਆ ਤਾਂ ਉਸ ਦੇ ਘਰ ਵਾਲੇ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਸ ਦੇ ਉੱਤੇ ਜਿਹੜਾ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਉਸ ਦੇ ਮਾਣ ਮਹਿਸੂਸ ਕਰਦੇ ਨੇ ਕਿ ਅੱਜ ਸ਼ਹਨਾਜ਼ ਕਰਕੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਪਛਾਣ ਸਮਾਜ ਦੇ ਵਿੱਚ ਬਣੀ ਹੋਈ ਹੈ ਹਰਿੰਦਰ ਸਿੰਘ ਦੇ ਨਾਲ सुरेंद्रਪਾਲ ਸਿੰਘ ਵਰਪਾਲ ਅੰਮ੍ਰਿਤਸਰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ